ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਕੀ ਤੁਸੀਂ ਟੂ ਵੀਲਰ ਚਲਾਉਂਦੇ ਹੋ ਜਾਂ ਤੁਸੀਂ ਫੋਰ ਵੀਲਰ ਚਲਾਉਂਦੇ ਹੋ ਕਾਰ ਸਕੂਟਰ ਮੋਟਰਸਾਈਕਲ ਚਲਾਉਣ ਵਾਲਿਆਂ ਵਾਸਤੇ ਖਬਰ ਇਹ ਬਹੁਤ ਖਾਸ ਹੋ ਜਾ ਰਹੀ ਹੈ ਕਿਉਂਕਿ 30 ਜੂਨ ਨੂੰ ਜਿਹੜਾ ਸਰਕਾਰ ਨੇ ਟ੍ਰੈਫਿਕ ਪੁਲਿਸ ਵਿਭਾਗ ਨੇ ਜਿਹੜਾ ਇੱਕ ਡੈੱਡ ਲਾਈਨ ਦਿੱਤੀ ਸੀ ਉਹ ਕੱਲ੍ਹ ਸਮਾਪਤ ਹੋ ਚੁੱਕੀ ਹੈ ਯਾਨੀ ਕਿ ਜਿਹਨਾਂ ਦੀ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਨੰਬਰ ਨਹੀਂ ਲੱਗੀ ਹੈ ਵਾਹਨਾਂ ਦੇ ਉੱਪਰ ਚਾਹੇ ਉਹ ਟੂ ਵੀਲਰ ਚਾਹੇ ਫੋਰ ਵੀਲਰ ਉਹਨਾਂ ਦਾ ਅੱਜ ਤੋਂ ਯਾਨੀ ਕਿ 1 ਜੁਲਾਈ ਤੋਂ ਟ੍ਰੈਫਿਕ ਵਿਭਾਗ ਦੁਆਰਾ ਅੱਜ ਚਲਾਨ ਕੀਤਾ ਜਾਵੇਗਾ ਕਿਉਂਕਿ ਅੰਦਾਜ਼ ਸੀ ਕਿ 1 ਅਪ੍ਰੈਲ 2019 ਨੂੰ ਇਹ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਜਿਹੜੀਆਂ ਨੰਬਰ ਪਲੇਟਾਂ ਲੱਗਦੀਆਂ ਉਹਦਾ ਇੱਕ ਕਾਨੂੰਨ ਪਾਸ ਕੀਤਾ ਗਿਆ ਸੀ ਤਾਂ ਪਿਛਲੇ ਸਰਕਾਰ ਵੱਲੇ ਵੀ ਇਹ ਇਸ ਨਿਯਮ ਨੂੰ ਲਾਗੂ ਕੀਤਾ ਗਿਆ ਸੀ ਲੇਕਿਨ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੇ ਆਮ ਲੋਕ ਹੁੰਦੇ ਆ ਉਹ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਹ ਪਿੱਛੇ ਪੰਜਾਬ ਦੇ ਹੀ ਟਰਾਂਸਪੋਰਟ ਮਨਿਸਟਰ ਲਾਲਜੀਤ ਭੁੱਲਰ ਨੇ ਆਮ ਪੰਜਾਬ ਦੇ ਲੋਕਾਂ ਨੂੰ 30 ਜੂਨ ਤੱਕ ਇੱਕ ਲਾਸਟ ਸਮਾਂ ਦਿੱਤਾ ਸੀ ਵੀ ਆਪਣੇ ਵਾਹਨਾਂ ਦੇ ਉੱਪਰ ਚਾਹੇ ਉਹ ਟੂ ਵੀਲਰ ਚਾਹੇ ਫੋਰ ਵੀਲਰ ਆਪਣੇ ਉੱਪਰ ਸਿਕਿਉਰਿਟੀ ਨੰਬਰ ਪਲੇਟਾਂ ਲਗਾ ਦਿਓ ਨਹੀਂ ਤਾਂ ਇਸ ਦਾ ਤੁਹਾਨੂੰ ਭਾਰੀ ਭਰਕਮ ਜੁਰਮਾਨਾ ਤੁਹਾਨੂੰ ਦੇਣਾ ਪਵੇਗਾ ਸੋ ਕਿਤੇ ਨਾ ਕਿਤੇ ਜਿਹੜੀ ਟ੍ਰੈਫਿਕ ਪੁਲਿਸ ਹੈਗੀ ਹੈ ਉਹ ਇਸ ਟਾਈਮ ਚੌਂਕਾਂ 'ਚ ਖੜ੍ਹੀ ਹੋ ਗਈ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੁਣ 1 ਜੁਲਾਈ ਤੋਂ ਹਾਈ ਸਿਕਿਉਰਿਟੀ ਜਿਹੜੇ ਨੰਬਰ ਪਲੇਟਸ ਹੁੰਦੇ ਆ ਉਹਨਾਂ 'ਤੇ ਅਮਲ ਕਰਨਾ ਯਾਨੀ ਕਿ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰਤਾ ਹੈ ਤੋ ਉਹਨਾਂ ਵਾਹਨਾਂ 'ਤੇ ਚਾਹੇ ਟੂ ਵੀਲਰ ਹੋਣ ਚਾਹੇ ਫੋਰ ਵੀਲਰ ਹੋਣ ਉਹਨਾਂ ਦਾ ਹਾਈ ਸਿਕਿਉਰਿਟੀ ਨੰਬਰ ਪਲੇਟਾਂ 'ਤੇ ਜੁਰਮਾਨਾ ਕਰਨਾ ਸ਼ੁਰੂ ਕਰਤਾ ਹੈ ਸੋ ਪੰਜਾਬ ਦੇ ਟਰਾਂਸਪੋਰਟ ਮਨਿਸਟਰ ਲਾਲਜੀਤ ਭੁੱਲਰ ਜਿਹੜੇ 30 ਜੂਨ ਦਾ ਲਾਸਟ ਸਮਾਂ ਤਾਂ ਸੀ ਸੋ ਅੱਜ 1 ਜੁਲਾਈ ਨੂੰ ਉਹ ਸਮਾਂ ਆ ਗਿਆ ਜਦੋਂ ਟ੍ਰੈਫਿਕ ਪੁਲਿਸ ਆਪਣੇ ਐਕਸ਼ਨ ਮੋਡ 'ਚ ਆ ਚੁੱਕੀ ਹੈ ਤਾਂ ਮੇਰੇ ਨਾਲ ਟ੍ਰੈਫਿਕ ਮੁਲਾਜ਼ਮ ਖੜ੍ਹੇ ਤਾਂ ਕਿਸੇ ਦੀ 30 ਜੂਨ ਦਾ ਲਾਸਟ ਸਮਾਂ ਤਾਂ ਸੀ ਟਰਾਂਸਪੋਰਟ ਵਿਭਾਗ ਜਿਹੜੇ ਆਪਣੇ ਮੰਤਰੀ ਲਾਲਜੀਤ ਭੁੱਲਰ ਨੇ ਵੀ ਔਰ ਟ੍ਰੈਫਿਕ ਪੁਲਿਸ ਨੂੰ ਵੀ ਅਗਰ ਹਾਈ ਸਿਕਿਉਰਿਟੀ ਨੰਬਰ ਪਲੇਟ ਨਹੀਂ ਲੱਗੇ ਤਾਂ ਕੀ ਕਾਰਵਾਈ ਹੋਊਗੀ ਅਸੀਂ ਸਰ ਉਹਦਾ ਹਾਈ ਸਿਕਿਉਰਿਟੀ ਨੰਬਰ ਨਹੀਂ ਪਲੇਟ ਜੇ ਲੱਗੀ ਉਹਦਾ ਅਸੀਂ ਚਲਾਨ ਕਰਦੇ ਹਾਂ ਜੀ ਚਲਾਨ ਕਰਦੇ ਕੋਰਟ ਵਿੱਚ ਫਿਰ ਜੱਜ ਸਾਹਿਬ ਉਹਨਾਂ ਨੂੰ ਫਾਈਨ ਕਰਦੇ ਆ ਜੀ ਹਾਂਜੀ ਲੱਗਦਾ ਵੀ ਟ੍ਰੈਫਿਕ ਜਿਹੜੀ ਆ ਟੂ ਵੀਲਰ ਹੋਣ ਜਾਂ ਫੋਰ ਵੀਲਰ ਉਹਨਾਂ ਨੂੰ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਲਗਾਉਣੀਆਂ ਲਾਜ਼ਮੀ ਹੈਗੀਆਂ ਜੋ ਵੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਸੀਂ ਕੰਮ ਕਰ ਰਹੇ ਹਾਂ ਹਾਈ ਸਿਕਿਉਰਿਟੀ ਨੰਬਰ ਟੂ ਵੀਲਰ ਮੋਟਰਸਾਈਕਲ ਕਾਰ ਜਿੰਨੀ ਵੀ ਬਾਈਕ ਆ ਜਿਹਨਾਂ ਵਿੱਚ ਬਾਈਕ ਨੇ ਉਹਨਾਂ ਦਾ ਜ਼ਰੂਰੀ ਹੋ ਗਿਆ ਹਾਈ ਸਿਕਿਉਰਿਟੀ ਨੰਬਰ ਪਲੇਟ ਲਗਾਉਣਾ ਉਹਨਾਂ ਦੇ ਵੱਧ ਤੋਂ ਵੱਧ ਚਲਾਨ ਕਰ ਰਹੇ ਹਾਂ ਜੀ ਸਰ ਕਿਸਾ ਦੇਖਦੇ ਹੋ ਵੀ ਆਮ ਜਿਹੜੇ ਲੋਕ ਹੈਗੇ ਆ ਉਹ ਹਜੇ ਵੀ ਨਿਯਮਾਂ ਨੂੰ ਅਣਦੇਖਾ ਕਰਦੇ ਆ ਅਤੇ ਆਉਣ ਵਾਲੇ ਸਮੇਂ 'ਚ ਟ੍ਰੈਫਿਕ ਪੁਲਿਸ ਕਿਸ ਤਰ੍ਹਾਂ ਦੀ ਉਹਨਾਂ ਦੀ ਕਾਰਵਾਈ ਕਰ ਸਕਦੀ ਨਹੀਂ ਕਾਫੀ ਅੱਗੇ ਤੋਂ ਕਾਫੀ ਸੁਧਾਰ ਆ ਰਿਹਾ ਜੀ ਮਤਲਬ ਨੰਬਰ ਸਕੋਰ ਹਾਈ ਸਕਿਉਰਿਟੀ ਪਲੇਟਾਂ ਨਵੀਆਂ ਲਗਾ ਵੀ ਰਹੇ ਆ ਔਰ ਲੱਗ ਵੀ ਰਹੀਆਂ ਆ ਅਤੇ ਬਾਕੀ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਰੇ ਲਗਾ ਲੈਣ ਆਪਣਾ ਠੀਕ ਹੈ ਨਾ ਜਿਹੜਾ ਨਹੀਂ ਲਗਾਉਂਦਾ ਉਹਦਾ ਚਲਾਨ ਕਰਦੇ ਹਾਂ ਜੀ ਥੈਂਕ ਯੂ ਸੋ ਇਹ ਟ੍ਰੈਫਿਕ ਪੁਲਿਸ ਕਰਮਚਾਰੀ ਜਿਹੜੇ ਅੱਜ 1 ਜੁਲਾਈ ਤੋਂ ਜਿਹੜੇ ਸਰਕਾਰ ਨੇ ਇੱਕ ਆਦੇਸ਼ ਜਾਰੀ ਕੀਤਾ ਸੀ ਜਿਹੜਿਆਂ ਦੇ ਟੂ ਵੀਲਰ ਅਤੇ ਫੋਰ ਵੀਲਰ ਦੇ ਉੱਤੇ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਹੀਂ ਲੱਗਣਗੀਆਂ ਤਾਂ ਉਹਨਾਂ ਨੂੰ ਭਾਰੀ ਭਰਕਮ ਜੁਗਾਉਣਾ ਯਾਨੀ ਪਹਿਲਾ ਜਿਹੜਾ ਜੁਰਮਾਨਾ ਹੋਊਗਾ ਉਹ 2000 ਦਾ ਹੋਊਗਾ ਉਸ ਤੋਂ ਬਾਅਦ ਅਗਰ ਫਿਰ ਵੀ ਉਹ ਹਾਈ ਸਿਕਿਉਰਿਟੀ ਨੰਬਰ ਪਲੇਟ ਨਹੀਂ ਲਗਾਉਂਦਾ ਉਹਨੂੰ 3000 ਅਗਰ ਉਸ ਦੇ ਬਾਵਜੂਦ ਵੀ ਉਹ ਤੀਸਰੀ ਵਾਰ ਨਹੀਂ ਲਗਾਉਂਦੇ ਤਾਂ ਉਹਨਾਂ ਨੂੰ ਉਹਨਾਂ ਦਾ ਜਿਹੜੀ ਗੱਡੀ ਨੂੰ ਬਲੈਕ ਲਿਸਟਡ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਹੁਣ ਤੁਸੀਂ ਜਿਹੜਾ ਟੂ ਵੀਲਰ ਜਾਂ ਫੋਰ ਵੀਲਰ ਚਲਾਉਂਦੇ ਤੋ ਆਪਣੀ ਗੱਡੀਆਂ ਨੂੰ ਵਾਹਨਾਂ ਨੂੰ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟਾਂ ਲਗਾ ਲਓ ਨਹੀਂ ਤਾਂ ਹੁਣ ਪੰਜਾਬ ਦੀ ਟ੍ਰੈਫਿਕ ਪੁਲਿਸ ਹੁਣ ਬਿਲਕੁਲ ਐਕਸ਼ਨ ਮੋਡ 'ਚ ਹੈ ਅਤੇ ਤੁਹਾਡੇ ਵਾਹਨਾਂ ਦਾ ਜੁਰਮਾਨਾ ਤੁਹਾਨੂੰ ਕਰ ਸਕਦੀ ਹੈ ਕੈਮਰਾਮੈਨ ਸਨੀ ਦਾ ਸੰਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਲੁਧਿਆਣਾ